ਨੈਸ਼ਨਲ ਹਾਈਵੇ ਦੇ ਉੱਤੇ ਲੰਬੇ ਸਮੇਂ ਤੋਂ ਖੜੇ ਪਾਣੀ ਖੜਨ ਤੋਂ ਬਾਅਦ ਅੱਜ ਲਾਇਨਸ ਕਲੱਬ ਭਵਾਨੀਗੜ੍ਹ ਦੇ ਵੱਲੋਂ ਇੱਕ ਨਵੇਕਲੀ ਪਹਿਲ ਕੀਤੀ ਗਈ ਹੈ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਚਰਨਜੀਤ ਸਚਦੇਵਾ ਪ੍ਰਧਾਨ ਲਾਇਨਸ ਕਲੱਬ ਦੇ ਵੱਲੋਂ ਆਪਣੀ ਟੀਮ ਦੇ ਵੱਲੋਂ ਅੱਜ ਪਾਣੀ ਦੇ ਖੜੇ ਹੋਣ ਨੂੰ ਲੈ ਕੇ ਅੱਜ ਪਾਣੀ ਦਾ ਪ੍ਰੋਜੈਕਟ ਕੀਤਾ ਗਿਆ ਤਾਂ ਜਿਹੜਾ ਪਾਣੀ ਨੂੰ ਸੜਕ ਤੋਂ ਚੁਕਵਾਇਆ ਗਿਆ। ਤਸਵੀਰਾਂ ਦੇਖ ਸਕਦੇ ਹੋ ਤਾਂ ਜਿਹੜੀ ਮਸ਼ੀਨ ਲੱਗੀ ਹੋਈ ਹੈ ਜੋ ਪਾਣੀ ਨੂੰ ਇਕੱਠਾ ਕਰ ਰਹੀ ਹੈ। ਤਾਂ ਚਰਨਜੀਤ ਸਚਦੇਵਾ ਦੇ ਵੱਲੋਂ ਦੱਸਿਆ ਗਿਆ ਕਿ ਪਿਛਲੇ ਦਿਨੀ ਉਹ ਇਹ ਸੜਕ ਤੋਂ ਲੰਘ ਰਹੇ ਸੀ ਜਿਸ ਤੇ ਉਹਨਾਂ ਦੇਖਿਆ ਕਿ ਜੋ ਬੱਸ ਸਟੈਂਡ ਤੇ ਰਾਹਗੀਰ ਖੜੇ ਨੇ, ਬੱਚੇ ਖੜੇ ਨੇ, ਤਾਂ ਸੜਕ ਤੇ ਚੱਲ ਰਹੀ ਆਵਾਜਾਈ ਦਾ ਪਾਣੀ ਦੀ ਬੁਛਾੜ ਉਹਨਾਂ ਲੋਕਾਂ ਤੇ ਪੈਂਦੀ ਹੈ। ਤਾਂ ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਕਲੱਬ ਦੇ ਨਾਲ ਇਸ ਦੀ ਚਰਚਾ ਕੀਤੀ ਤੇ ਇਹ ਇੱਕ ਨਵੇਕਲੀ ਪਹਿਲ ਦੀ ਸ਼ੁਰੂਆਤ ਕੀਤੀ ਗਈ। ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਉਹ ਖੁਦ ਮੌਜੂਦ ਨੇ, ਤਾਂ ਪਾਣੀ ਨੂੰ ਇਕੱਠਾ ਕਰਵਾਇਆ ਜਾ ਰਿਹਾ ਮਸ਼ੀਨ ਦੇ ਨਾਲ। ਤਾਂ ਇਸ ਮੌਕੇ ਪ੍ਰਧਾਨ ਚਰਨਜੀਤ ਸਚਦੇਵਾ ਵੱਲੋਂ ਕਿਹਾ ਗਿਆ ਕਿ ਸਾਡੇ ਵੱਲੋਂ ਲਗਾਤਾਰ ਸ਼ਹਿਰ ਦੇ ਵਿੱਚ ਵੱਖ ਵੱਖ ਸਮਾਜ ਸੇਵੀ ਕੰਮ ਕੀਤੇ ਜਾਂਦੇ ਨੇ ਤੇ ਹੋਰ ਵੀ ਜੇਕਰ ਕੋਈ ਲੱਗਦਾ ਕਿ ਜਿੱਥੇ ਕੰਮ ਹੋਣ ਵਾਲਾ ਤਾਂ ਸਾਡੀ ਟੀਮ ਵੱਧ ਚੜ ਕੇ ਹਿੱਸਾ ਲਵੇਗੀ। ਤਾਂ ਇਹ ਸਾਰੇ ਪ੍ਰੋਜੈਕਟ ਨੂੰ ਲੈ ਕੇ ਇਸ ਮੌਕੇ ਚਰਨਜੀਤ ਸਚਦੇਵਾ ਪ੍ਰਧਾਨ ਤੋਂ ਇਲਾਵਾ ਹਰੀਸ਼ ਕੁਮਾਰ, ਗਦੀਪ ਕੁਮਾਰ, ਚੰਨ, ਮਨੀਸ਼ ਕੁਮਾਰ, ਵਿਜੇ ਸਿੰਗਲਾ, ਪ੍ਰਦੀਪ ਕੁਮਾਰ, ਮੇਹਰ ਚੰਦ, ਸਚਿਨ ਗਰਗ ਤੇ ਸੰਜੇ ਕੁਮਾਰ ਤੋਂ ਇਲਾਵਾ ਹੋਰ ਵੀ ਜਿਹੜੇ ਕਲੱਬ ਦੇ ਮੈਂਬਰ ਮੌਜੂਦ ਸੀ। ਤਾਂ ਇਹ ਸਾਰੇ ਵਾਟਰ ਡਿਸਪੋਜ਼ਲ ਨੂੰ ਲੈ ਕੇ ਕੀ ਕਹਿਣਾ ਪ੍ਰਧਾਨ ਚਰਨਜੀਤ ਸਚਦੇਵਾ ਦਾ ਤੇ ਕੀ ਕਹਿਣਾ ਹੋਰਾਂ ਕਲੱਬ ਮੈਂਬਰਾਂ ਦਾ, ਤੁਸੀਂ ਵੀ ਸੁਣੋ। ਮੇਰਾ ਨਾਮ ਚਰਨਜੀਤ ਸਚਦੇਵਾ ਜੀ, ਭਵਾਨੀਗੜ੍ਹ। ਆਪਾਂ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਇੱਥੇ ਮੇਨ ਬੱਸ ਸਟੈਂਡ ਜਿਹੜਾ ਹੈਗਾ ਜੀ ਆਪਣਾ, ਉੱਥੇ ਪਾਣੀ ਖੜਾ ਸੀ ਸੜਕ ਦੇ ਉੱਤੇ। ਕੁਛ ਬੱਚੇ ਮੈਂ ਪਰਸੋਂ 'ਚ ਉੱਥੇ ਦੇਖਿਆ ਬਾਰਿਸ਼ ਤੋਂ ਬਾਅਦ ਵੀ ਛਿੱਟੇ ਪਾ ਜਾਂਦੀਆਂ ਸੀ, ਗੱਡੀਆਂ ਆਉਂਦੀਆਂ ਜਾਂਦੀਆਂ। ਉਹ ਮੈਨੂੰ ਬਹੁਤ ਥੋੜ੍ਹਾ ਜਿਹਾ ਕਨਵਿੰਸ ਜਿਹਾ ਲੱਗਿਆ, ਫਿਰ ਮੈਂ ਆਪਣੇ ਕਲੱਬ 'ਚ ਇਹ ਚੀਜ਼ ਦਾ ਜ਼ਿਕਰ ਕਰਿਆ। ਉਹਨਾਂ ਨੇ ਕਿਹਾ ਵੀ ਚਲੋ ਆਪਾਂ ਉੱਥੋਂ ਪਾਣੀ ਕਢਾ ਦਿੰਦੇ ਹਾਂ। ਖੜਾ ਪਾਣੀ ਵੈਸੇ ਵੀ ਆਪਾਂ ਮਾੜਾ ਗਿਣਦੇ ਹਾਂ, ਕੁਛ ਡੇਂਗੂ ਕਰਕੇ ਵੀ ਲਗਾ ਲਓ। ਮੈਂ ਤਾਂ ਬਸ ਮੇਨ ਤਾਂ ਆਪਾਂ ਨੂੰ ਚਲੋ ਬੱਚਿਆਂ ਦਾ ਸੀਗਾ, ਇਸ ਕਰਕੇ ਅਸੀਂ ਸੈਪਟਿਕ ਟੈਂਕ ਮੰਗਾ ਕੇ ਇੱਥੋਂ ਦਾ ਅਸੀਂ ਪਾਣੀ ਕਢਵਾ ਕੇ ਉਹ ਕਰ ਰਹੇ ਹਾਂ ਤਾਂ ਜੋ ਇੱਥੋਂ ਪਾਣੀ ਇੱਕ ਵਾਰੀ ਕਲੀਨ ਹੋ ਜਾਵੇ। ਵੀ ਲੋਕ ਆਪਣੀ ਬੱਸ ਜਿਹੜੇ ਵੀ ਇੱਥੋਂ ਫੜਦੇ ਨੇ ਪਟਿਆਲੇ ਜਾਣ ਲਈ ਜਾਂ ਆਪਣਾ ਨਾਭਾ ਜਾਣ, ਸਮਾਣਾ ਜਾਣ ਲਈ, ਵੀ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ, ਖਾਸ ਕਰਕੇ ਬਜ਼ੁਰਗ ਅਤੇ ਬੱਚਿਆਂ ਦਾ। ਹਾਂ, ਉਹੀ ਬੱਸ ਦੂਰ ਚੜ੍ਹਦੀ ਹੈ ਅਤੇ ਖੜ੍ਹ ਜਾਂਦੀ ਹੈ। ਅਤੇ ਸੈਕਿੰਡਲੀ ਸਾਡੇ ਸ਼ੈੱਡ ਵੀ ਲੱਗੇ ਹੋਏ ਸੀ, ਸਾਡੇ ਸ਼ੈੱਡ ਵੀ ਖਾਲੀ ਪਏ ਸੀਗੇ, ਅਸੀਂ ਸ਼ੈੱਡ ਵੀ ਥੋੜ੍ਹਾ ਜਿਹਾ ਅੱਗੇ ਸ਼ਿਫਟ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਸ਼ਾਇਦ ਅਸੀਂ 2-3 ਦਿਨ ਤੱਕ ਕਰਾ ਦਈਏ। ਨਾਮ ਲਾਇਨ ਵਿਜੇ ਸਿੰਗਲਾ, ਐਕਸ ਪ੍ਰੈਜ਼ੀਡੈਂਟ ਲਾਇਨ ਕਲੱਬ ਭਵਾਨੀਗੜ੍ਹ ਰਾਇਲ। ਜਿਸ ਤਰ੍ਹਾਂ ਕਿ ਸਾਰੇ ਸ਼ਹਿਰ ਵਾਸੀਆਂ ਨੂੰ ਪਤਾ ਹੀ ਹੈ ਵੀ ਥੋੜ੍ਹਾ ਜਿਹਾ ਇੱਥੇ ਪਾਣੀ ਦੀ ਪ੍ਰੋਬਲਮ ਕਾਰਨ ਬੱਚਿਆਂ ਦੀ ਬੜੀ ਉਹ ਖੱਜਲ ਖੁਆਰੀ ਹੋ ਰਹੀ ਸੀ। ਕੁਛ ਅਸੀਂ ਇਹ ਪਰਮਾਨੈਂਟ ਪ੍ਰੋਜੈਕਟ ਲਾਇਨ ਕਲੱਬ ਵੱਲੋਂ ਲਿਖਿਆ ਹੋਇਆ ਇੱਥੇ ਬਹੁਤ ਚਿਰ ਤੋਂ। ਸਾਡੇ ਸ਼ੈੱਡ ਦੋਨੇ ਲਾਇਨ ਕਲੱਬ ਭਵਾਨੀਗੜ੍ਹ ਵੱਲੋਂ ਲਾਏ ਹੋਏ ਨੇ, ਬੱਚਿਆਂ ਦੇ ਬੈਠਣ ਵਾਸਤੇ, ਸਵਾਰੀਆਂ ਦੇ ਬੈਠਣ ਵਾਸਤੇ। ਉਹ ਅਸੀਂ ਸੋਚਿਆ ਵੀ ਕਿਉਂ ਨਾ ਅਸੀਂ ਉਹਨੇ ਪਾਣੀ ਵੀ ਕਢਵਾ ਦਈਏ। ਇਸ ਕਰਕੇ ਸਾਡੇ ਪ੍ਰਧਾਨ ਜੀ ਦੀ ਰਹਿਨਮੇ ਹੇਠ ਅਸੀਂ ਅੱਜ ਇਹ ਪਾਣੀ ਕੱਢਣ ਦਾ ਸੈਪਟਿਕ ਰਾਹੀਂ ਟੈਕ ਰਾਹੀਂ ਉਪਰਾਲਾ ਕੀਤਾ। ਸੋ ਅਸੀਂ ਆਉਣ ਵਾਲੇ ਸਮੇਂ 'ਚ ਇਹ ਜਿਹੜੇ ਸ਼ੈੱਡ ਨੇ ਇਹਨਾਂ ਨੂੰ ਇਕੱਠੇ ਕਰਕੇ, ਦੋਵਾਂ ਨੂੰ ਅੱਡ ਅੱਡ ਰਹਿ ਗਏ ਨੇ ਇਹ, ਦੋਵਾਂ ਨੂੰ ਇਕੱਠੇ ਕਰਕੇ ਇਹਨਾਂ ਨੂੰ ਵਧੀਆ ਤਰੀਕੇ ਨਾਲ ਰੰਗ ਵਗੈਰਾ ਕਰਾ ਕੇ ਲਗਾਵਾਂਗੇ ਤਾਂ ਕਿ ਜਿਹੜਾ ਸਾਡਾ ਪਰਮਾਨੈਂਟ ਪ੍ਰੋਜੈਕਟ ਹੈ ਉਹ ਲੱਗਿਆ ਰਹੇ। ਆਉਣ ਵਾਲੇ ਸਮੇਂ 'ਚ ਵੀ ਅਸੀਂ ਇਹ ਸਮਾਜ ਸੇਵਾ ਦੇ ਕੰਮ ਕਰਦੇ ਹਾਂ।